ਉਹ ਸਾਜਣ ਵਾਲਾ ਕੰਮ ਹੋ ਗਿਆ ਵੀ ਹੱਥ ਵੜ ਦੋ ਕਈ ਵਾਰ ਭੁੱਖ ਲੱਗ ਜਾਂਦੀ ਆ ਸਾਲਿਆਂ ਨੇ ਕੁਰਕਰੇ ਖੋਲ ਲੈ ਖੋਲ ਕੇ ਰੱਖ ਲਈਦਾ ਵੀ ਜੇ ਤੁਸੀਂ ਇਕੱਲਾ ਘਰ ਦਾ ਖਾ ਰਹੇ ਹੋ ਠੀਕ ਹੈ ਫਿਰ ਮਾਤਾ ਰੋਟੀ ਬਣਾ ਰਹੀ ਸੀ ਸਾਡੇ ਲਈ 650 ਗਰੋਸਰੀ ਆਈ ਹੈ ਸਾਡੀ ਸਾਰੀ ਮਿੰਟ ਦੇਖੋ ਇੱਥੇ ਲਿਖਿਆ ਹੋਇਆ ਬ੍ਰਾਊਨ ਸ਼ੂਗਰ ਇਹ ਜੇ ਅਨਪੜ੍ਹ ਲੋਕ ਇਹਨੂੰ ਸਾਬਣ ਕਹਿ ਦਿੰਦੇ ਹੈਗੇ ਇਹਦੇ ਨਾਲ ਕੱਪੜੇ ਧੋ ਲੈਂਦੇ ਨੇ ਇਹ ਵੀ ਅਕਲ ਹੀ ਨਹੀਂ ਅਕਲ ਗੇਟ ਸਾਨੂੰ ਸਾਲ ਨਹੀਂ ਹੋਇਆ ਹੁੰਦਾ ਤੇ ਇੰਡੀਆ ਫੋਨ ਤੇ ਪੇਪਰ ਟੋ ਲਵਾ ਦਿਓ ਪੇਪਰ ਟਾ 4-5 ਡਾਲਰ ਦਾ 4-5 ਦਾ ਆਪਣਾ ਹਨਾ ਰਿਫਾਈਨ ਮਿਲ ਜਾਂਦਾਗਾ ਥੈਂਕ ਯੂ ਥੈਂਕ ਯੂ ਉਹਦੇ ਫਰੈਂਡ ਤੁਸੀਂ ਆਏ ਰੋਜ਼ ਥੈਂਕ ਯੂ ਲੈ ਵੀ ਐਡਿਟ ਕਰੀ ਜਾਂਦਾ ਸੀ ਬਲੌਗ ਤੇ ਮੈਂ ਥੋਟ ਆਇਆ ਮਗਰ ਤੁਹਾਨੂੰ ਮਾੜਾ ਦੱਸਤਾ ਦਵਾਂ ਵੀ ਕੀ ਹੋ ਰਿਹਾ ਹੈ ਸੌਦਾ ਪੱਤਾ ਲੈਣ ਗਏ ਸੀ ਅਸੀਂ ਰੇਟਾਂ ਦਾ ਦੱਸਦੇ ਵੀ ਇੰਡੀਆ ਤੋਂ ਕੀ ਫਰਕ ਆ ਹਨਾ ਕਿੰਨੇ ਡਾਲਰਾਂ 'ਚ ਲੱਗਦਾ ਵੀ ਇੰਨੇ ਦਾ ਪੈ ਜਾਂਦਾ ਇੱਕ ਅਮਰੂਦ ਇੰਨੇ ਦਾ ਪੈ ਗਿਆ ਕਿਸੇ ਉਹ ਇੰਨੇ ਦਾ ਪੈ ਗਿਆ ਅਤੇ ਦੂਜੀ ਗੱਲ ਡਿਨਰ 'ਤੇ ਵਾ ਕੇ ਕਿਸੇ ਪਾਸੇ ਹਨਾ ਕਿਸੇ ਨੂੰ ਰੋਟੀ 'ਤੇ ਬੁਲਾ ਲਿਆ ਅਤੇ ਰੋਟੀਆਂ ਘੱਟੋ ਘੱਟ ਅਸੀਂ 45-50 ਰੋਟੀਆਂ ਖਾ ਗਏ ਵੀਰੇ ਪਈਆਂ ਜਿੰਨੀ ਮਿੱਤਰੋ ਕਹਿਮ ਹੋ ਸਾਰੇ ਜਾਣੇ ਅੱਜ ਤੁਹਾਨੂੰ ਅਸੀਂ ਸੌਦਾ ਪੱਤਾ ਕਹਿੰਦਾ ਪਾਪਾ ਗਰੋਸਰੀ ਦਾ ਹੁਣ ਕਹਿਣ ਲੱਗ ਗਏ ਕਹਿੰਦੇ ਮੈਗੀਆਂ ਕੁਰਕਰੇ ਢੇਰ ਲੱਗੇ ਪਏ ਆਗੇ ਢੇਰ ਤਾਂ ਇਕੱਲਾ ਹੀ ਖਾ ਜੂ ਇਹ ਰੋਟੀ ਸੋ ਦੇਖਿਓ ਇੱਥੇ ਇਕੱਲੀ ਇਕੱਲੀ ਜੀ ਚੱਕ ਲੈਣੀ ਅੱਜ ਅਤੇ ਰੇਟ ਦਾ ਤੁਹਾਨੂੰ ਕੰਪੇਅਰ ਕਰਕੇ ਦੱਸਾਂਗੇ ਇੰਡੀਆ ਨਾਲ ਅਤੇ ਇੱਥੇ ਦਾ ਕਿੰਨਾ ਫਰਕ ਆ ਹੁਣ ਕੁਰਕਰੇ ਤੋਂ ਲੱਗ ਜਾਓ 20 ਰੁਪਏ ਦੇ ਆ 1.5 ਡਾਲਰ ਦਾ 90 ਰੁਪਏ ਦੇ ਓਏ 90 ਡਾਲਰ ਦਾ ਕੁਰਕਰਾ ਵੀਰੇ 90 ਰੁਪਏ ਮਾਮਾ ਡਾਲਰ ਦਾ ਉਹ 90 ਰੁਪਈਆਂ ਦਾ ਸੱਚ ਸੋ ਮੈਗੀ ਤਾਂ ਸਸਤੀ ਹੁੰਦੀ ਹੈਗੀ ਮੈਗੀ 1 ਰੁਪਏ ਦੇ 3 ਪੀਸ ਆ ਜਾਂਦੇ ਹੈਗੇ ਠੀਕ ਹੈ 1 ਡਾਲਰ ਤੇ ਉੱਥੇ ਬੋਲੀ ਜਾਂਦਾ ਮੈਂ ਦਸਾਂ ਦੀ ਆ ਇਹ ਇੰਡੀਆ ਦਸਾਂ ਦੀ ਹੈਗੀ ਉਧਰ ਫਿਰ ਵੀ 60 ਦੇ ਬਣ ਗਏ ਹਨਾ ਸੋ ਕੰਪੇਅਰ ਕਰਕੇ ਜ਼ਿੰਦਗੀ ਨਹੀਂ ਲੰਘਦੀ ਰੇੜੀ ਵਾਲਾ ਆ ਗਿਆ ਆ ਰੇੜੀ ਵਾਲਾ ਆ ਗਿਆ ਵੇ ਭਾਈ ਮੈਂ ਜਦੋਂ ਆਇਆ ਸੀ ਨਾ ਬਾਈ ਉਦੋਂ ਬਾਹਲੇ ਪੈਸੇ ਹੁੰਦੇ ਨਹੀਂ ਸੀ ਉਦੋਂ ਮੈਗੀਆਂ ਨੇ ਮੇਰਾ ਬਹੁਤ ਡੰਗ ਸਾਰਿਆ ਸੀਗਾ ਹੁਣ ਤਾਂ ਚਲੋ ਨੇਰੀ ਬਣ ਦੇਈਦੀ ਆਪਾਂ ਹੈ ਉਦੋਂ ਵਾਲੇ ਪੈਸੇ ਹੁੰਦੇ ਸੀਗੇ ਉਦੋਂ ਇਹਦੇ ਕੋਲ ਵਾਲੇ ਹੁੰਦੇ ਸੀਗੇ ਉਦੋਂ ਵਾਲੇ ਹੁੰਦੇ ਜਦੋਂ ਨਵੇਂ ਜੀਐਸਟੀ ਹੁੰਦੀ ਆ ਆਹ ਵਾਹ ਵਾਹ ਹੁਣ ਹੈ ਨਹੀਂ ਰੋਟੀ ਰੱਖ ਲਾ ਠੀਕ ਹੈ ਬਿਸਕੁਟ ਪਾਰਲੇ ਦਾ ਢੇਰ ਲੱਗਿਆ ਪਿਆਗਾ ਚੱਲ ਚੌਰਿਆ ਉੱਧਰ ਕੁੜੀਆਂ ਨਹੀਂ ਝੱਕੀ ਜਾਂਦਾ ਹੈਗਾ ਬਦਤਮੀਜ਼ ਉਹ ਦੇ ਬਸ ਕਰ ਉੱਧਰ ਲਿਸਟ ਬਾਬੇ ਉਹ ਸਾਡੇ ਨਾ ਮੰਮੀ ਨੇ ਲਿਸਟ ਬਣਾ ਕੇ ਭੇਜੀ ਹੈ ਜਿਵੇਂ ਆਪਾਂ ਊਂ ਤਾਂ ਅਸੀਂ ਕਰਦੇ ਹੁੰਦੇ ਸੀਗੇ ਇੰਡੀਆ ਨੂੰ ਹਨਾ ਪੈਸੇ ਲੈ ਕੇ ਓਏ ਪਰਚੀ ਗੁੰਮ ਗਈ ਓਏ ਉਹ ਲੋਹਰ 'ਚ ਹੀ ਰਹਿ ਗਈ ਆਹੋ ਦੇਖਦਾ ਮੈਂ ਕਹਿ ਫੋਟੋ ਭੇਜ ਦੇਣਗੇ ਫੋਟੋ ਕਦੇ ਮੰਮੀ ਨਾ ਭਰੋਸਾ ਨਹੀਂ ਕਰਦੀ ਕਦੇ ਨਾ ਪੈਸਾ ਦੇਖੋ ਪੈਸਾ ਤਾਂ ਬਾਹਲਾ ਹੈਗਾ ਪੈਸਾ ਹੀ ਆ ਡਾਲਰ ਨਹੀਂ ਹੈਗੇ ਉਹ ਹੈਗੀ ਆ ਆਹ ਦੇਖੋ ਨਹੀਂ ਮਰਨਾ ਮਾਤਾ ਇੱਥੇ 10 ਕਿਲੋ ਚੌਲ ਦੇਸੀ ਘਿਓ ਰਿਫਾਇੰਡ ਜਾਂ ਸਰੋਂ ਦਾ ਤੇਲ ਬਾਕੀ ਕਾਫੀ ਆ ਦੂਜੇ ਪਾਸੇ ਵੀ ਲਿਸਟ ਆ ਉਹ ਕਹਿੰਦਾ ਭਾਵ ਆਪਾਂ ਨੂੰ ਇੰਡੀਆ ਹੁੰਦਾ ਸੀਗਾ ਉਦੋਂ ਲਿਖ ਕੇ ਦੇ ਦਿੰਦਾ ਹੁੰਦਾ ਸੀ ਪਰਚੀ ਦਾ ਜਵਾਬ ਭੁੱਲ ਨਾ ਜਾਵੇ ਇੱਥੇ ਅਸੀਂ ਕੀ ਕਰਨਾ ਹੁੰਦਾ ਇੱਥੇ ਅਸੀਂ ਆਉਣ ਸਾਰ ਚੱਕਣਾ ਜਿਹੜਾ ਕੋਈ ਮੂਹਰੇ ਚੱਕੀ ਜਾਣਾ ਘਰ ਦੇ ਕਹਿੰਦੇ ਸੌਦਾ ਪੱਤਾ ਵੱਧ ਜਾਣਾ ਬਾਅਦ ਖਰਾਬ ਹੋ ਜਾਂਦਾ ਗਾ ਸੋ ਲਿਖ ਕੇ ਭੇਜਿਆਗਾ ਹੁਣ ਸਿਆਣੇ ਹੋ ਰਹੇ ਹਾਂ ਅਸੀਂ ਵੀ ਮੰਮੀ ਨੇ ਲਿਖਤਾ 2 ਕਿਲੋ ਚੌਲ 12 ਲਿਖਣਾ ਹੋਊਗਾ ਕਿਉਂਕਿ 10 ਤਾਂ ਤੂੰ ਇਕੱਲੇ ਖਾ ਜਾਏਗਾ 2 ਸਾਡੇ ਵਾਸਤੇ ਬਹੁਤ ਆ ਸੇਬ ਦਾ ਕੀ ਰੇਟ ਆ ਵੀਰ ਕੀ ਰੇਟ ਆ ਭਾਜੀ 2.5 ਡਾਲਰ ਐਲ ਵੀ 400 ਗ੍ਰਾਮ ਹੁੰਦਾ ਇੱਕ ਐਲ ਵੀ 450 ਬਸ ਇੰਨਾ ਹੀ ਹੁੰਦਾ ਹਾਂ ਓ ਮਾਈ ਗੋਡ ਮੈਂ ਕਿਲੋ ਸਮਝਦਾ ਹੁੰਦਾ ਐਲ ਵੀ ਨੂੰ 450 ਗ੍ਰਾਮ ਮਤਲਬ 5 ਡਾਲਰਾਂ ਦੇ ਕਿਲੋ ਹੋ ਗਏ ਮਤਲਬ 300 ਰੁਪਏ ਦੇ ਕਿਲੋ ਸਸਤੇ ਨੇ ਸੇਬ ਇੰਡੀਆ ਮਹਿੰਗੇ ਨੇਗੇ 300 ਰੁਪਏ ਦੇ ਕਿਲੋ ਥੋੜੀ ਆ ਉੱਥੇ ਓਏ ਕਿਹੜੇ ਜ਼ਮਾਨੇ ਦੇ ਜੀਰੇ ਕਹਿੰਦੇ ਇੱਕ ਮਿੰਟ ਕਰ ਦੇ ਸੇਬ ਇੰਡੀਆ ਕਿੰਨੇ ਦੇ ਮਿਲ ਜਾਂਦੇ ਆ ਕਿਲੋ 80-90 ਦੇ ਕਹਿੰਦਾ 20-25 ਦੇ 20-25 ਦੇ ਕਿਲੇ ਮੈਂ 20-50 ਕਿਹਾਗਾ ਇੰਨੇ ਨਹੀਂ ਹੈਗੇ ਮਹਿੰਗੇ ਹੋ ਗਏ ਬਾਬੇ ਇਹ ਵਧੀਆ ਸੇਬ ਆ 20 ਦੇ ਬਿਨਾ ਨਾਰਾ ਦੇਖ ਮੈਂ ਤੈਨੂੰ ਦੱਸਦਾ ਪਤਾ ਇੰਡੀਆ ਵਾਲੇ ਕਿਹੜੇ ਨੇਗੇ ਇੱਥੇ ਜਦ ਤੋਂ ਸੜੀ ਕੁਆਲਿਟੀ ਆ ਨਾ ਇਹੋ ਜਿਹੇ ਨੇਗੇ ਇਹੋ ਜਿਹੇ ਮਿਲਣਗੇ ਤੈਨੂੰ ਹਰੇ ਸੇਬ ਲੈਣੇ ਇਹ ਵੀ ਕਾਫੀ ਤਰ੍ਹਾਂ ਦੇ ਹੋਣਗੇ ਮਿੱਤਰੋ ਇੱਧਰ ਦੂਜੇ ਹੋ ਗਏ ਇੱਧਰ ਹਰੇ ਹੋ ਗਏ ਇੱਧਰ ਲਾਲ ਹੋ ਗਏ ਇੱਧਰ ਬਾਹਲੀ ਲਾਲ ਹੋ ਗਏ ਸਬਜ਼ੀਆਂ ਨਾ 2-3 ਥਾਵਾਂ ਮਿਲਦੀਆਂ ਹੁੰਦੀਆਂ ਇੱਕ ਤਾਂ ਆਪਾਂ ਨੂੰ ਮਿਕਸੀ 'ਚੋਂ ਵਾਲਮਾਰਟ ਤੋਂ ਮਿਲ ਜਾਂਦੀ ਹੁੰਦੀ ਆ ਇੱਕ ਆਪਾਂ ਨੂੰ ਮਿਲਦੀ ਹੁੰਦੀ ਹੈਗੀ ਸੈਮੀ ਫਰੂਟ ਨਾਂ ਦੀ ਥਾਂ ਹੁੰਦੀ ਹੈਗੀ
ਉਥੋਂ ਲਓ ਉਥੋਂ ਬਾਹਲੀ ਸਸਤੀ ਮਿਲਦੀ ਹੈਗੀ ਨਾਲੇ ਜਮਾ ਫਰੈਸ਼ ਹੁੰਦੀ ਹੈ ਧਨੀ ਲਿਆਂਦਾ ਫਿਰ ਕੱਢ ਲਿਆਂਦਾ ਯਾਰ ਕੁਛ ਸਬਜ਼ੀਆਂ ਲੈ ਕੇ ਆਉਂਦੀਆਂ ਨੇ ਸਾਰੀਆਂ ਇਹ ਬਾਕੀ ਤਾਂ ਉਹ ਸ਼ਿਮਲਾ ਮਿਰਚੀ ਪਤਾ ਨਹੀਂ ਚਾਰ ਪੰਜ ਤਰ੍ਹਾਂ ਦੀ ਆ ਜਾਂਦੀ ਹੈਗੀ ਖੁੰਬਾਂ ਵੀ ਮੈਂ ਰਾਤ ਲੈ ਆਇਆ ਓਏ ਸੇਬ ਸੂਬ ਤਾਂ ਮੈਂ ਲੈ ਕੇ ਆਇਆ ਕੱਲ ਮੈਂ ਕੱਲ ਉਹ ਲੈ ਕੇ ਆਇਆ ਸਾਰੀ ਗਰੋਸਰੀ ਕਰਕੇ ਲੈ ਆਇਆਗਾ ਫਰੂਟ ਲੈ ਕੇ ਆਇਆ ਗਾ ਸਬਜ਼ੀਆਂ ਲੈ ਕੇ ਆਇਆ ਗਾ ਇਹਦਾ ਭੁੱਲ ਗਿਆ ਵੀਡੀਓ ਚੱਕਰ ਚ ਬਣਾਉਣ ਲੱਗ ਗਿਆ ਬੇਇੱਜ਼ਤੀ ਕਰਾਏਗਾ ਸਾਰਾ ਚਾਰ ਬੰਦੇ ਚ ਇਹ ਤਾਂ ਦੂਰ ਰਹੋ ਸਾਡੇ ਨਾਲ ਨੀ ਹੈਗਾ ਜੀ ਇਹ ਹੈ ਆ ਜਾ ਫਿਰ ਉਧਰ ਆ ਜਾਓ ਇਧਰ ਆ ਜਾਓ ਗਾਈਜ਼ ਐਵਰੀਥਿੰਗ ਇਜ਼ ਹੇਅਰ ਸੋ ਜਿਹੜੇ ਮਾਂ ਪਿਓ ਸੋਚਦੇ ਆ ਨਾ ਵੀ ਜਵਾਕ ਭੁੱਖੇ ਨਾ ਰਹਿ ਜਾਣ ਕੁਛ ਹੋਵੇ ਨਾ ਵੀਰੇ ਸਭ ਕੁਛ ਮਿਲਦਾ ਗਾ ਕੱਪੜੇ ਵੀ ਸਾਰੇ ਮਿਲ ਜਾਂਦੇ ਹੈਗੇ ਬਸ ਥੋੜ੍ਹਾ ਜਿਹਾ ਦਿਲ ਰੱਖਿਆ ਕਰੋ ਪੈਸੇ ਪੂਸੇ ਲਾਉਣ ਦਾ ਬਾਹਲੇ ਪੈਸੇ ਵੀ ਨਹੀਂ ਲੱਗਦੇ ਹੁਣ ਅਸੀਂ ਤਿੰਨ ਚਾਰ ਜਣਿਆਂ 'ਚ ਵੰਡ ਰਹੇ ਹਾਂ ਪੈਸੇ ਪਿਛਲੇ ਮਹੀਨੇ ਕਿੰਨੀ ਆਈ ਹੈ ਪਤਾ ਨਹੀਂ 600 650 ਆਈ ਯਾਰ ਮੇਰੀ ਗੱਲ ਸੁਣੋ ਨਹੀਂ ਰੁਕ ਜਾਓ ਮੈਂ ਤਾਂ ਦੱਸਦਾ ਜੇ ਤੁਸੀਂ ਇਕੱਲਾ ਘਰ ਦਾ ਖਾ ਰਹੇ ਹੋ ਠੀਕ ਹੈ ਫਿਰ ਮਾਤਾ ਰੋਟੀ ਬਣਾ ਰਹੀ ਸੀ ਸਾਡੇ ਲਈ 650 ਗਰੋਸਰੀ ਆਈ ਹੈ ਸਾਡੀ ਸਾਰੀ ਮਿਲਾ ਕੇ ਮਹੀਨੇ ਦੀ ਅਸੀਂ ਕਿੰਨੇ ਜਾਣੇ ਸੀਗੇ ਅਸੀਂ 6 ਜਣੇ ਖਾ ਰਹੇ ਸੀਗੇ 6 ਜਣੇ ਬਾਹਰ ਤਾਂ ਜਮਾਂ ਨਹੀਂ ਖਾਂਦਾ ਅਸੀਂ ਬ੍ਰੈਡ ਬਰੁੱਡ ਜਮਾਂ ਨਹੀਂ ਖਾਂਦੇ ਹੁਣ ਪਹਿਲਾਂ ਅਸੀਂ ਜਦੋਂ ਮੁੰਡੇ ਰਹਿੰਦੇ ਸੀਗੇ 1100-1200 ਦੀ ਗੱਲ ਪਹੁੰਚ ਜਾਂਦੀ ਸੀ ਤਾਂ ਵੀ ਅਸੀਂ ਕਹਿੰਦੇ ਖਾਧਾ ਤਾਂ ਕੁਛ ਹੈ ਨਹੀਂ 1200 ਦੀ ਗਰੋਸਰੀ ਆ ਕਿੱਥੋਂ ਗਈ ਪਰ ਕੱਲ 600 ਦੀ ਆਈ ਆ ਅਸੀਂ ਸੋਚਿਆ 600 ਹੀ ਬਣੇ ਆ ਤੇ ਕੱਲੇ ਆਹੋ ਆਹੋ ਬਸ ਹੁਣ 600 ਚਾਹੇ $1000 ਬਣ ਜੇ 1000 ਚ ਵੀ ਚਾਰ ਬੰਦਾ ਜੱਕੀ ਕਿੰਨਾ ਲੱਗਦਾ ਤਿੰਨੋ ਟਾਈਮ ਰੋਟੀ ਖਾ ਰਹੇ ਹਾਂ ਹਾਂ ਨਾਲੇ ਸਲਾਦ ਨਾਲ ਦਹੀਂ ਨਾਲ ਦੇਖਿਆ ਕਦੇ ਦਹੀਂ ਕਦੇ ਦੇਖਿਆ ਸਲਾਦ ਹੁੰਦੀ ਦੇਖੀ ਕਦੇ ਤੁਸੀਂ ਕਿ ਨਿੰਬੂ ਪਾ ਕੇ ਉੱਤੇ ਲੂਣ ਮਿਰਚ ਹੁੰਦੀ ਦੇਖੀ ਹੁੰਦੀ ਸੋ ਇਹ ਤੋਂ ਬਾਅਦ ਤੁਹਾਨੂੰ ਸੌਸ ਆਂਡੇ ਹਨਾ ਦੇਸੀ ਘਿਓ ਸਭ ਕੁਛ ਹੈ ਲਟਰਮ ਪਟਰਮ ਦਿਖਾਉਣੇ ਹੈਗੇ ਤੇ ਆਪਣੇ ਰਸ ਵੀ ਮਿਲ ਜਾਂਦੇ ਹੈਗੇ ਦੇਸੀ ਬਿਸਕੁਟ ਵੀ ਮਿਲ ਜਾਂਦੇ ਆਪਣੇ ਪੰਜਾਬੀ ਬਿਸਕੁਟ ਹਨਾ ਤੇ ਆ ਵੀ ਰੱਖ ਲਿਆ ਇੱਕ ਸਿੰਪਲ ਵੀ ਹੁੰਦਾ ਗਾ ਸਿੰਪਲ ਚੱਕ ਲੈ ਸਿੰਪਲ ਆ ਉਹ ਕਾ ਨਮਕੀਨ ਆ ਅੱਛਾ ਚੱਕ ਲੈ ਠੀਕ ਹੈ ਠੀਕ ਹੈ ਪੈਨਸ਼ਨ ਆ ਗਰੋਸਰੀ ਮੈਂ ਕਰਦਾ ਤੇ ਕਿਲੋ ਵੀ ਆ ਗਿਆ ਕੋਈ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਆ ਚਿਕਨ ਚੁਕਨ ਵਾਲਾ ਪਿਆ ਹਨਾ ਜਿਹੜੇ ਖਾਂਦੇ ਆਗੇ ਹਲਾਲ ਹਲੂਲ ਕਰਿਆ ਹੁੰਦਾ ਨਾ ਇਹਨਾਂ ਦਾ ਮੈਨੂੰ ਤਾਂ ਬੜਾ ਪਤਾ ਨਹੀਂ ਇਹ ਜਿਹੜੇ ਖਾਂਦੇ ਉਹਨਾਂ ਨੂੰ ਪਤਾ ਕਿ ਮੈਂ ਚਿਕਨ ਹੁਣ ਬਾਹਰ ਆ ਕੇ ਮਾੜਾ ਮਾੜਾ ਖਾਣ ਲੱਗਿਆ ਸੀਗਾ ਆਹ ਹਲਾਲ ਪਨੀਰ ਆਗਾ ਜੋ ਮੈਨੂੰ ਲੱਗਦਾ ਗਾ ਬੜੇ ਤਰ੍ਹਾਂ ਜੇ ਮੌਂਟਰੀਅਲ ਦੇਖੋ ਬੜੇ ਤਰ੍ਹਾਂ ਦੇ ਆਪਣੇ ਹੁੰਦੇ ਸਟੋਰਸ IGA ਸੁਪਰ ਸੀ ਵਾਲਮਾਰਟ ਮੈਕਸੀ ਵਾਲਮਾਰਟ ਤੋਂ ਕਈ ਵਾਲਮਾਰਟ ਤੋਂ ਸਬਜ਼ੀਆਂ ਸੁਬਜ਼ੀਆਂ ਮਿਲ ਜਾਂਦੀਆਂ ਕਈਆਂ ਤੋਂ ਨਹੀਂ ਮਿਲਦੀਆਂ ਜਿਹੜੇ ਵੱਡੇ ਸੁਪਰ ਸਟੋਰ ਹੁੰਦੇ ਆ ਉੱਥੋਂ ਮਿਲ ਜਾਂਦੀਆਂ ਮੈਕਸੀ ਤੋਂ ਥੋੜ੍ਹਾ ਚੀਪ ਮਿਲਦਾ ਆ ਜੇ ਤੁਸੀਂ ਦੇਖੋ ਵਾਲਮਾਰਟ ਚਲ ਜਾਓ ਥੋੜ੍ਹਾ ਮਹਿੰਗਾ ਮਿਲਦਾ IGA ਚਲ ਜਾਓ ਪ੍ਰੋਵੀਗੋ ਚਲ ਜਾਓ ਸਭ ਤੋਂ ਮਹਿੰਗੀ ਗਰੋਸਰੀ ਉੱਥੇ ਸਭ ਜੇ ਬਾਹਲਾ ਸਸਤਾ ਲੈਣਾ ਗਾ ਤੇ ਤੁਸੀਂ ਇਕੱਠਾ ਚੱਕ ਸਕਦੇ ਹੋ ਸਮਾਨ ਤਾਂ ਕੋਸਕੋ ਜਾਇਓ ਹਾਂ ਕੋਸਕੋ ਹੁੰਦਾ ਉੱਥੇ ਵੀ ਵੀਡੀਓ ਬਣਾ ਦਾਂਗੇ ਬਹੁਤ ਜਲਦੀ ਬਣਾਉਂਗੇ ਬਸ ਸਾਡੇ ਕੋਲ ਨਾ ਕਾਰਡ ਨਹੀਂ ਸੀਗਾ ਇੱਕ ਉਹ ਕਾਰਡ ਕਰਕੇ ਉੱਥੇ ਉਹਦੇ 'ਚ ਐਂਟਰੀ ਆ ਜੇ ਸਾਡੇ ਕੋਲ ਕਾਰਡ ਹੁੰਦਾ ਫਿਰ ਅਸੀਂ ਉਹ 'ਤੇ ਲੈ ਆਉਣਾ ਜੀ ਸਮਾਨ ਬਟ ਸਾਡੇ ਕੋਲ ਹੈ ਨਹੀਂ ਸੋ ਕਰਕੇ ਅਸੀਂ ਇੱਥੋਂ ਹੀ ਆ ਗਏ ਕੋਈ ਨਾ ਹੁਣ ਮੈਂ ਜਿਵੇਂ ਪਹਿਲਾਂ ਗੱਲ ਕਹੀ ਸੀ ਵੀ $1000 ਦਾ ਆਪਣਾ ਮਹੀਨੇ ਦਾ ਰਾਸ਼ਨ ਬਣ ਜੂਗਾ ਅਤੇ ਜੇ ਆਪਣੀ $1000 ਦੀ ਮਹੀਨੇ ਦਾ ਸੌਦਾ ਆਉਂਦਾ ਗਾ ਤਾਂ ਹੁਣ ਲੋਕਾਂ ਨੇ ਕਰਨਾ 60 ਨੂੰ 1000 ਨਾਲ ਗੁਣਾ ਕਰ ਦੇਣਾ ਅਤੇ ਕਹਿਣਾ 60,000 ਦਾ ਰਾਸ਼ਨ ਆ ਜੂਗਾ ਪਰ ਵੀਰੇ ਜੇ ਅਸੀਂ 5 ਜਣੇ ਰਹਿੰਦੇ ਹਾਂ 4 ਜਣੇ ਰਹਿੰਦੇ ਹਾਂ ਤਾਂ ਸਾਨੂੰ ਦੂਰੋਂ 300-300 ਆ ਗਿਆ ਅਤੇ 200-300 ਅਸੀਂ 1 ਜਾਂ 2 ਦਿਨਾਂ ਦੇ ਵਿੱਚ ਕਮਾ ਲੈਂਦੇ ਹੈਗੇ ਹੈ ਨਾ 1-2 ਦਿਨਾਂ ਵਿੱਚ ਜੇ ਆਪਣੇ ਮਹੀਨੇ ਦਾ ਸੌਦਾ ਲੰਘਦਾ ਗਾ ਤਾਂ ਕੀ ਮਾੜਾ ਗਾ ਸਮਝਿਓ ਬਾਕੀ ਅਸੀਂ ਤਾਂ ਹੁਣ ਘਰ ਦੀ ਰੋਟੀ ਕਰਕੇ ਉਹ ਬਾਹਲਾ ਲੱਗਦਾ ਵੀ ਨਹੀਂ ਹੈਗਾ ਜਦੋਂ ਬਾਹਰੋਂ ਖਾਣਾ ਰਹਿੰਦੇ ਹਾਂ ਫਿਰ ਵੱਧ ਲੱਗਣ ਲੱਗ ਜਾਂਦਾ ਬਾਹਰੋਂ ਵੀ ਕੀ ਅਸੀਂ ਹੁਣ ਆਟਾ ਵਧੀਆ ਚੱਲਦਾ ਪਹਿਲਾਂ ਆਟਾ ਸਾਡਾ 2 ਮਹੀਨੇ ਕੱਢਦਾ ਹੁੰਦਾ ਸੀ ਹਾਂ 10 ਕਿਲੋ ਦੀ ਬੋਰੀ ਹੁੰਦੀ ਆ 2 ਤਰ੍ਹਾਂ ਦੇ ਆਟੇ ਆ ਇੱਥੇ ਇੱਕ ਤਾਂ ਹੈਗਾ ਸ਼ੇਰੂ ਦਾ ਆਟਾ ਇੱਕ ਹੈਗਾ ਕਿਹੜਾ ਬਾਸਮਤੀ ਕੀ ਆ ਉਹ ਗੋਲਡਨ ਇੱਕ ਹੋਰ ਹੁੰਦਾ ਗਾ ਜਿਹੜਾ ਇੰਡੀਆ ਵਾਲਾ ਮਸ਼ਹੂਰ ਆ ਆਸ਼ੀਰਵਾਦ ਆਪਾਂ ਆਉਣ ਸਰ ਕਹਿੰਦੇ ਨੇ ਵੀ ਆਸ਼ੀਰਵਾਦ ਚੱਕ ਲੈਂਦੇ ਹਾਂ ਉਹ ਸ਼ੇਰ ਵਾਲਾ ਉਹ ਵਧੀਆ ਨਹੀਂ ਹੁੰਦਾ ਸ਼ੇਰੂ ਦਾ ਆਟਾ ਲਿਆਓ ਸ਼ੇਰ ਦਾ ਘੈਂਟ ਹੁੰਦਾ ਗਾ ਆ ਵੀ ਸਵਾਦ ਹੁੰਦਾ ਓਏ ਕਿ ਨਹੀਂ ਆਂਡੇ ਵੀ ਲੈਣੇ ਹਨ ਆਂਡੇ ਮੁੱਕ ਗਏ ਟ੍ਰੇ ਜੀ ਤੇ 32 ਆਂਡੇ ਹੁੰਦੇ ਆ ਜੀ ਇਹ ਮਿਲਦੀ ਆ $9-10 ਦੀ ਠੀਕ ਆ 32 ਆਂਡੇ ਆ ਗੋਡਾ ਹੈਲਥ ਉੱਤੇ ਤੇ ਵਧੀਆ ਬਣ ਸਕਦੀ ਆ ਆ ਕੇ ਜੇ ਬੰਦਾ ਡਾਈਟ ਤੇ ਰਹੇ ਤਾਂ ਜੇ ਮੇਰੇ ਵਾਂਗੂ ਇੱਕ ਪਾਸੇ ਆਪਾਂ ਬਰਗਰ ਸਿੱਟੀ ਚੱਲੇ ਦੂਜੇ ਪਾਸੇ ਆਂਡੇ ਸਿੱਟੀ ਚੱਲੀਏ ਫਿਰ ਫੁੱਲੂਗਾ ਢਿੱਡ ਬਾਬਿਓ
ਮਲਾਈ ਨੀ ਹੁੰਦੀ ਫੈਟ ਜਮਾ ਨੀ ਹੈਗਾ ਆਪਾਂ ਲੈਣਾ ਸਭ ਤੋਂ ਵਧੀਆ ਫੈਟ ਵਾਲਾ ਸਾਢੇ ਤਿੰਨ ਪੁਆਇੰਟ ਪੱਚੀ ਪਰਸੈਂਟ ਵਾਲਾ ਇਹ ਦੁੱਧ ਆਉਂਦਾ ਨੀ ਉਹ ਤਾਂ ਪਰ ਲੈਣਾ ਪੈਂਦਾ ਹਾਂ ਉਹ ਵੀ ਲੈਤਾ ਅਸੀਂ ਜੇ ਘਰ ਦੀ ਮਲਾਈ ਕੱਢਣੀ ਕੁੱਢਣੀ ਆ ਉਹਦੇ ਫਰੈਸ਼ ਨਿਕਲਦਾ ਦੁੱਧ ਮਿਲਦਾ ਡੇਰੀਆਂ ਤੋਂ ਤੁਸੀਂ ਉਹ ਲੈ ਸਕਦੇ ਡੇਰੀਆਂ ਤੋਂ ਯਾਰ ਡੇਰੀਆਂ ਤੋਂ ਠੀਕ ਆ ਪੈਕਟਾਂ ਚ ਵੀ ਹੁੰਦਾ ਤੇ ਕੇਨੀਆਂ ਚ ਵੀ ਹੁੰਦਾ ਇਹਦਾ ਕੀ ਫਰਕ ਹੋਵੇ ਪੈਕਟਾਂ ਤੇ ਕੇਨੀ
ਕਈ ਮੇਰੇ ਵਾਂਗੂ ਬੜੇ ਦੇਸੀ ਹੁੰਦੇ ਸਾਨੂੰ ਬਾਈ ਨਹੀਂ ਪਤਾ ਸੀ ਮੈਂ ਕਦੇ ਇਹੋ ਬੜਾ ਖਾਂਦਾ ਨੀ ਸੀਗਾ ਜਾਂ ਆਪਾਂ ਸਿੱਧਾ ਜਾ ਕੇ ਦੁਕਾਨ ਤੇ ਖੜ ਜਾਈਦਾ ਸੀਗਾ ਬਰਗਰ ਪੀਜ਼ਾ ਖਾਣ ਨੂੰ ਬਟ ਹੁਣ ਇਹਨੂੰ ਫਰਿੱਜ ਰੱਖੀ ਰੱਖਣਗੇ ਇਹਨੂੰ ਉਹ ਚ ਤੇਲ ਤਲ ਲੈਣਗੇ ਪਤਾ ਨੀ ਗਰਮ ਕਰ ਲੈਣਗੇ ਇਹ ਬਣ ਜਾਊ ਯੈਸ ਤੇ ਜੇ ਦੁਕਾਨ ਤੋਂ ਲਓਗੇ ਤਾਂ ਤੁਹਾਨੂੰ $5 ਦੀਆਂ ਇੰਨੀਆਂ ਦੇ ਦੇਣਗੇ ਵੱਧ ਤੋਂ ਵੱਧ ਇਦੋਂ ਵੱਧ ਨਹੀਂ ਰੋਟੀਆਂ ਪਰੌਂਠੇ ਉਹ ਵੀ ਇੱਥੋਂ ਮਿਲ ਜਾਂਦੇ ਆ ਕਿਉਂਕਿ ਕਈ ਵਾਰ ਲੱਗਦੇ ਨਾ ਆਪਾਂ ਵੀ ਯਾਰ ਇਹ ਕੁਛ ਮਿਲਦਾ ਨਹੀਂ ਹੋਣਾ ਪੁੱਤ ਸਾਡਾ ਜਵਾਕ ਕਿਵੇਂ ਬਣਾਊਗਾ ਵੀਰੇ ਸਭ ਕੁਛ ਬਣ ਜਾਂਦਾ ਗਾ ਸਾਰ ਕੋਲ ਬਣਿਆ ਬਣਾਇਆ ਮਿਲਦਾ ਗਾ ਆਹ ਹੁਣ ਮਟਰ ਕੱਟੇ ਕਢਾਏ ਆਹ ਪਏ ਆ ਗਏ ਹੈ ਨਾ ਫਲੀਆਂ ਕੱਟੇ ਕਟਾਈਆਂ ਪਈਆਂ ਨੇ ਗੋਭੀ ਕੱਟੀ ਕਟਾਈ ਪਈ ਹੈਗੀ ਆਹ ਜਿਹੜਾ ਹੁਣ ਪਾਈਨਐਪਲ ਹੈਗਾ ਮਤਲਬ ਹਰੇਕ ਤਰ੍ਹਾਂ ਦੇ ਫਰੂਟ ਵੀ ਫਰੋਜ਼ਨ ਕਰੇ ਪਏ ਹੈਗੇ ਜੇ ਕੋਈ ਨਵਾਂ ਬੰਦਾ ਆਉਂਦਾ ਕਹਿੰਦਾ ਮੈਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ ਇੱਥੋਂ ਮਿਕਸ ਸਬਜ਼ੀ ਚੱਕੋ ਫਰੋਜ਼ਨ ਵਿੱਚ ਸੁੱਟੋ ਪਿਆਜ਼ ਤੜਕਾ ਲਾ ਕੇ ਵਿੱਚ ਤੁਹਾਡੇ ਲੂਣ ਮਿਰਚ ਸੁੱਟਣਾ ਸਾਰਿਆਂ ਨੂੰ ਆਉਂਦਾ ਹੁੰਦਾ ਵਿੱਚ ਸੁੱਟ ਕੇ ਸਬਜ਼ੀ ਬਣ ਜਾਂਦੀ ਯੈਸ ਬਾਕੀ ਜਿੱਦਾਂ ਹੁਣ ਆਕਾਸ਼ ਤੇ ਮੈਂ ਸੌ ਬੰਦੇ ਆ ਹਾਂ ਆਪਾਂ ਪੀਂਦੇ ਪਾਂਦੇ ਹੈ ਨਹੀਂ ਹਾਂ ਇੱਥੇ ਪਰ ਪੀਣ ਦਾ ਜੁਗਾੜ ਵਾਲਾ ਹੈਗਾ ਸਾਰਾ ਕੁਝ ਆਹ ਇਹਨਾਂ ਲਈ ਪੈਰਾਡਾਈਜ਼ ਆ ਇਹ ਪੂਰਾ ਜੋ ਮਰਜ਼ੀ ਆਹ ਦੇਖ ਆਹ ਦੇ ਲਾਲੀ ਆ ਗਈ ਨੇ ਇਹ ਹੁੰਦੇ ਹੋ ਗਿਆ ਨਾ ਖੁਸ਼ ਇੱਥੇ ਬੀਅਰਾਂ ਬੂਰਾਂ ਆ ਜਾਂਦੀਆਂ ਵੀ ਆਪਣੀਆਂ ਓਏ ਹੌਲੀ ਹੌਲੀ ਯਾਰ ਆਪਾਂ ਨੂੰ ਰਬਲਾ ਪਈ ਜਾਂਦੇ ਆ ਆ ਕਰੋਨਾ ਪਈ ਆ ਲਿਕਰ ਨਹੀਂ ਮਿਲਦੀ ਜੇ ਆਪਣਾ ਵਿਸਕੀ ਹੋ ਗਈ ਹੈਨੀਕਨ ਹੋ ਗਿਆ ਬੀਅਰਾਂ ਮਿਲਦੀਆਂ ਨੇ ਯਾਰ ਹੁਣ ਇਹ ਦੇਖ 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 ਸਾਂ ਜਾਣ ਬਣਦਾ ਬੀਅਰ ਤੇ ਵਾਈਨ ਗੱਲੀ ਹਾਰਡ ਲਿਕਰ ਨਹੀਂ ਮਿਲਦਾ ਤੇ ਫਰੂਟੀਆਂ ਮਿਲ ਜਾਂਦੀਆਂ ਇਹ ਆਕਾਸ਼ ਤੇ ਮੇਰਾ ਵਾਲਾ ਸਮਾਨ ਇਹ ਬਾਈ ਅਸੀਂ ਤਾਂ ਹੀ ਪੀ ਰਹੇ ਨੇ ਹੁਣ ਦੇਖੋ 14 ਦੀਆਂ ਫਰੂਟੀਆਂ ਨੇ ਪੂਰਾ ਬੰਡਲ ਕੇਸ ਨਹੀਂ ਨਹੀਂ ਸਹੀ ਆ ਸਹੀ ਆ ਪੂਰੀ ਬਾਈ ਆਪਾਂ ਪੂਰੀ ਭਰ ਕੇ ਜਾਣੀ ਆ ਜਿੰਨਾ ਚਿਰ ਭਰਦੀ ਨਹੀਂ ਸਾਨੂੰ ਸਕੂਨ ਨਹੀਂ ਆਉਂਦਾ ਹਾਂ ਅਗਲੇ ਹਫ਼ਤੇ ਫੇਰ ਆ ਜਾਣਾ ਇਹ ਤਾਂ ਐਂ ਚੱਲਦਾ ਰਹਿੰਦਾ ਤੁਸੀਂ ਲੈ ਸਕਦੇ ਹੋ ਕਿਹੜੇ ਬਾਸਮਤੀ ਹਾਂ ਕੁਆਲਿਟੀ ਵਧੀਆ ਆ ਦੇਖੋ ਤਵੇ ਤਵੇ ਹੀ ਆ ਗਏ ਕੁਛ ਬਣਾਉਣ ਨੂੰ ਇੱਥੋਂ ਸਾਰਾ ਕੁਛ ਮਿਲਦਾ ਆ $10 ਦਾ ਲੱਗਾ ਸਾਰਾ ਆ ਤਵ ਆਟਾ ਸ਼ੇਰ ਆਟਾ $19 ਦਾ ਹੋ ਗਿਆ ਡਾਲਡਾ ਜੰਮਣ ਵਾਲਾ ਹੁੰਦਾ ਰਿਫਾਈਨਡ ਨਹੀਂ ਇਹ ਤਾਂ 250 ਦੀ ਹੋਈ ਹੁਣ ਸਾਰਾ ਸਮਾਨ ਲੈ ਕੇ ਨਾ ਇਹ ਵੱਧ ਤੋਂ ਵੱਧ ਜ਼ੋਰ ਮਾਰ ਕੇ 250 ਦਾ ਤੇ ਹਫ਼ਤਾ ਹੀ ਚੱਲੂ ਹਫ਼ਤਾ ਕੀ ਚੱਲੂ ਕਿਉਂਕਿ ਇਹ ਸਾਰਾ ਖਾਣ ਪੀਣ ਵਾਲਾ ਸਮਾਨ ਘਰ ਦੀ ਲਿਸਟ ਖੋਲਣੀ ਹੈ ਪਚਰੰਗਾ ਕਿਹੜਾ ਹੁੰਦਾ ਉਹ ਆਪਣੇ
ਅਜੇ ਤੇ ਆ ਉਹ ਨੇਗੇ ਤਰੀਆਂ ਠੀਕ ਹੈ ਨਾ ਡੀਲਾਂ ਦਾ ਜਾ ਰਹੇਗਾ ਡੀਲਾਂ ਹੋਣੀ ਤੇਰੇ ਕਾ ਲੱਗਦੇ ਆ ਕਹਦਾ ਨਾ ਆ ਲੋ ਤਾਂ ਕਿਹੜੀ ਚਾਹ ਪੀਣੀ ਹੋ ਤੇ ਚਾਹ ਹੋਗੀ ਨਾ ਆ ਲਿਓ ਬਾਗ ਬੱਤਰੀ ਆ ਬੱਤਰੀ ਕਾ ਕੀ ਬੱਕਰੀ ਬਾਗ ਬੱਕਰੀ ਇਹ ਮਸਾਲਾ ਚਾਹ ਹੈ अच्छी चाय है बाकी कंपैरिजन बहुत अच्छी है हमने बरती है रेड लेवल बरती है ब्लू लेवल बरती है पी लेते हैं दारू पी लेते हैं जे पी लेते हैं हमने ब्लैक लेवल बरती है हाँ बट ये अच्छी है और भी चाय बहुत हैं बट ये वाली अच्छी लगी हमें अगर आप मेरी हिंदी को पसंद करना चाहते हैं और आप नेक्स्ट ब्लॉग हिंदी में चाहते हैं तो हिंदी में कमेंट करके बताना कि आकाश भाई आप सिरा हो और हिंदी में ब्लॉग जरूर डालना ये हैं रेड चिलीज एंड लॉट ऑफ सॉसेस बड़ी मैगी भी मिल जाती है जहाँ से ठीक है वैसे जिमें अं समान चक्कन लगे हुए हैं बहुत ने सोचना गा भी जिमें आप अपने रेहड़ी में जाने ना छोटे होंगे जवाक चक चक रखी जाता वो भर रेहड़ी है ना बहुत और चीज लगनी है इधर आगे सही हो जाता है सही चलता होर सुनो जो तुम सब्जी बनाने भी नहीं आती इन्ना तुम आलस आ गया तो बनी बनी सब्जी मिल जाती है सिर्फ इन पानी पानी च पा के तड़का लगा माड़ा हल पांच मिनट गैस रखो मिनट च रोटी बन जाती शक्कर शुक्र सर तो उपर रिपोर्टा ने इधर हम अपने आ गया देसी समान है ना अज मैन होगी तो सुक्का धनिया हो गया है ना कोई इडिया वाला साबण मिस करता कपड़े धोने वाला कपड़े धोने वाला पक्का आई गैस सो ਹੁਣ ਦੇਖੋ ਇੱਥੇ ਲਿਖਿਆ ਹੋਇਆ ਬਰਾਊਨ ਸ਼ੂਗਰ ਇਹ ਜੇ ਅਨਪੜ੍ਹ ਲੋਕ ਇਹਨੂੰ ਸਾਬਣ ਕਹਿ ਦਿੰਦੇ ਹੈਗੇ ਇਹਦੇ ਨਾਲ ਕੱਪੜੇ ਧੋ ਲੈਂਦੇ ਨੇ ਇਹ ਵੀ ਅਕਲ ਹੀ ਨਹੀਂ ਅਕਲ ਗੇਟ ਸਾਲਾ ਬੜੇ ਕਿੱਥੇ ਨੇ ਤੁਸੀਂ ਓਏ ਓਏ ਕਾਣ ਹੋਏ ਯਾਰ ਇਹ ਕਾਣਾ ਯਾਰ ਓਏ ਇਹ ਜੇ ਇਹਨਾਂ ਨੂੰ ਲੈਣਾ ਸਣਾ ਨਹੀਂ ਆਦਾ ਕੀ ਦੱਸਾਂ ਹੁਣ ਯਾਰ ਪੇਠਾ ਆਪਣਾ ਫੋਨ ਬੰਦ ਕਰਾ ਦੇਣਗੇ ਮੇਰੇ ਪੇਠਾ ਹੀ ਪਿਆਗਾ ਪੇਠਾ ਵੀ ਮਿਲ ਜਾਂਦਾ ਇੱਕ ਚੀਜ਼ ਦੇਖੋ ਸੇਮ ਸੇਮ ਲੱਗਦੇ ਆ ਕਿ ਨਹੀਂ ਪੇਠਾ ਬਿਠ ਲੱਗਦੇ ਨਾ पेपर टॉवल उधर डाइनिंग टेबल ते मरी जांदा है पेपर टॉयलेट पेपर रख लो वॉशरूम च असी टॉयलेट पेपर ना धोने आ सारे नख रहे आ मुफ्त पैसे क्यों खराब करने इत्थे इत्थे छड्डो ਪੈਕਟ ਬਹੁਤ ਦੋ ਤਿੰਨ ਮਹੀਨੇ ਨਿਕਲ ਜਾਂਦੇ ਨੜੀਆਂ ਪੁਜਾ ਕੇ ਫੁਕਰੀ ਘੱਟ ਮੈਂ ਕਰੋ ਵੀ ਅਸੀਂ ਧੋਂਦੇ ਨਹੀਂ ਟੂਟੀਆਂ ਟੂਟੀਆਂ ਸਾਰਾ ਕੁਛ ਮਿਲ ਦਿੰਦਾ ਸੋ ਚੱਲ ਪੀਟ ਦੇ ਕੇ ਕਲੋਲ ਕਰਦੀ ਰੋਟੀ ਵਾਲਾ ਹੀ ਆ ਵੈਸੇ ਆ ਵੀ ਲੈ ਲਾ ਵੀ ਆ ਖਾ ਲੇਗਾ ਤੇਰਾ ਫੂਡ ਹੌਲੀ ਰੱਖ ਬ੍ਰਸ਼ ਦੇ ਦੇ ਰੱਖ ਲਾ ਦੇ ਦੇ ਸਾਲੇ ਨਹੀਂ ਕਹੂ ਪਾਊਗਾ ਆ ਰੀਅਲ ਚਿਕਨ ਸਟਿਕਸ ਤੇਰੇ ਵਾਸਤੇ ਹੀ ਆਪਾਂ ਲੈ ਕੇ ਜਾਵਾਂਗੇ ਹੱਡੀ ਰੱਖ ਲਈ ਦੇਖ ਲੋ ਨਿਆਣਿਆਂ ਵਾਸਤੇ ਹੱਗੀਸ ਆਕਾਸ਼ ਵਾਸਤੇ ਆਕਾਸ਼ ਲਾਉਂਦਾ ਹੱਗੀਸ ਆਹ ਚਾਹੀਦਾ ਚਾਰ ਸਾਲ ਵਾਲਾ ਥੱਲੇ ਸਾਬਣ ਵੀ ਮਿਲ ਜਾਂਦੇ ਆ ਥੱਲੇ ਸਾਬਣ ਵੀ ਮਿਲਦੇ ਆ ਉੱਤੇ ਬੋਡੀ ਵਾਸ਼ ਲਿਕਵਿਡ ਵਾਲੇ ਥੱਲੇ ਸਾਬਣ
ਦੋ ਨਾਲ ਕਿਹਾ ਹੁੰਦਾ ਹੈਗਾ ਤੇ ਹੁਣ ਇੱਥੇ ਜਦੋਂ ਆਪਾਂ ਲੈਣਾ ਹੋ ਹੈ ਨਾ ਸੌਦਾ ਪੱਤਾ ਦੋ ਦੋ ਰਾਹ ਹੁੰਦੇ ਹੈਗੇ ਜਾਂ ਤਾਂ ਆਪਾਂ ਸਾਰਾ ਉਹਨਾਂ ਨੂੰ ਮੂਹਰੇ ਕਰ ਦਈਏ ਵਾਪਸ ਜਾ ਕੇ ਰੱਖੀ ਜਾਣਗੇ बिना स्कैन करे भी कुछ रख सकते दूजे पास बहुत लोग रख देंगे दे स्कैनर लगे होंगे ਉੱਥੇ ਬਿੱਲ ਲਈ ਜਾਂਦਾ ਵੀ ਹਾਂ ਵੀ ਤੁਹਾਡਾ ਉੱਥੇ ਇੰਨੇ ਇੰਨੇ ਇੰਨਾ ਤੁਸੀਂ ਹੋ ਗਿਆ ਇੰਨਾ ਤੁਸੀਂ ਕੁਛ ਲੈ ਲਿਆ ਇਹਦੇ ਸਕੈਨਰ ਉੱਥੇ ਕਰ ਦਈਏ ਸਕੈਨ ਆਹ ਸਾਡਾ ਸਮਾਨ ਉੱਥੇ ਆ ਜਾਣ ਐਂਡ 'ਤੇ ਆਈ ਜਾਂਦਾ ਆਈ ਜਾਂਦਾ ਕਿੰਨਾ ਕੁ ਬਣ ਗਿਆ ਇੰਨੇ ਸਮਾਨ ਦਾ $100 ਹੋ ਗਿਆ ਦੇਖ ਲਓ ਹਜੇ ਆਲ ਤੋਂ ਫਾਲਤੂ ਚੀਜ਼ਾਂ ਸਾਰੀਆਂ ਤੁਸੀਂ ਬੈਗ ਲੈ ਸਕਦੇ ਹੋ ਬੈਗ ਵੀ ਪੈਸਿਆਂ ਦਾ ਦਿੰਦੇ ਆ 50 ਸੈਂਟ ਦਾ ਬੈਗ ਹੁੰਦਾ ਹੈ ਬਸ ਚਲੋ ਭਰ ਗਈ ਟਰਾਲੀ ਇਹ ਸਾਰੇ ਹਫਤੇ ਦਾ ਸਮਾਨ ਆ ਹਫਤੇ ਦਾ ਸਾਡੇ ਲੱਗਿਆ ਸਿਰਫ $220 ਤੇ $220 ਚ ਇੰਨਾ ਸਮਾਨ ਕੋਈ ਮਾੜਾ ਨਹੀਂ ਹਫਤੇ ਚ ਗਿਆ ਹੈ डिनर किया घरे आए हुए सारे जाने सारा टबर पहुंचा थैंक यू रोज दूजा पनीर बनाया रोज ने ठीक ठीक नहीं स्वाद खास आप ही नहीं सब्सक्राइब किया दो बंदे पहला बोली जाते मैं तीजा बोलू बस सुनी हां अंकल जी अंकल जी किदा लगा बहुत वधिया जी कनेडा कुछ कुछ कहना चाहुंदे कनेडा बहुत वधिया तीन जने एको प्लेट खा रहे तेरी प्लेट देख चक्की नहीं देखो मैं दादा इन्हे शुरू की डाइट एक तरीके अच्छा पहला इन्हें चलो की स्मूदी पीती ओके हाँ ठीक है ਸਮੂਦੀ ਦੇ ਬਾਅਦ ਇਹਨਾਂ ਰਾਤ ਨੂੰ ਪੀਜ਼ਾ ਹੜਪਿਆ ਓਕੇ ਉਦੋਂ ਬਾਅਦ ਨਾਲ ਦੋ ਕੋਕ ਦੇ ਕੇਨ ਪੀਤੇ ਨਾ ਨਾ ਸੱਚ ਕਵਾਂਗੇ ਬਲੌਗ ਸੱਚ ਆਉਣਾ ਠੀਕ ਹੈ ਇੱਕ ਕੋਕ ਦਾ ਕੇਨ ਪੀਤਾ ਇਹਨੇ ਠੀਕ ਹੈ ਇੱਕ ਤਰੀਕ ਨੂੰ ਅੱਜ 2 ਤਰੀਕ ਸੀਗੀ ਅੱਜ 2 ਤਰੀਕ ਹੈ ਓਕੇ ਅੱਜ 2 ਤਰੀਕ ਸੀਗੀ ਸਵੇਰੇ ਇਹਨੇ ਮੇਰੇ ਨਾਲ ਫੁਲਕੇ ਖਾਦੇ ਫਿਰ ਉਸ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਓਰੀਓ ਖਾਲੇ 3-4-5 ਓਰੀਓ ਖਾਲੇ ਕਿਹੜੀ ਡਾਈਟ ਉਸ ਤੋਂ ਬਾਅਦ ਉਹਦੇ ਬਾਅਦ ਮੈਕਸੀ ਦੇ ਵਿੱਚ ਬਿੱਲ ਕਰਾਉਣ ਤੋਂ ਪਹਿਲਾਂ ਕੁਰਕਰੇ ਖੋਲ ਲੈ ਕੁੜੇ ਖਾਦੇ ਕੁਰਕਰੇ ਕੁਰਕਰੇ ਉਹ ਕੁਰਕਰੇ ਉਹ ਅਲੱਗ ਹਾਂ डेढ़ सी ਡੇਢ ਇਹਨੇ ਪੀਤੀ
ਜਦੋਂ ਆਸੇ ਪਾਸੇ ਅਕਲਾਂ ਦੀ ਬੈਠੇ ਹੋਣ ਤੇ ਚੁੱਪ ਹੁੰਦਾ ਬੋਲ ਵੀ ਨੀ ਸਕਦਾ ਗੱਲ ਆਉਣ ਨਹੀਂ ਦਿੰਦਾ ਤੇ ਬਸ ਇਹਨੇ ਤੁਸੀਂ ਖਾ ਪੀ ਲਿਆ ਚੈਨਲ ਸਬਸਕ੍ਰਾਈਬ ਕਰ ਲਓ ਬਾਕੀ ਗੁੱਡ ਨਾਈਟ ਨਾ 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 ਰੁਕੋ ਜਦੋਂ 90 ਡਾਲਰ ਸਾਡੇ ਅੰਦਰ ਗਿਆ ਨਹੀਂ ਦੇਖੋ ਇਹਨੇ ਵਧੀਆ ਖਾਦਾ ਵਧੀਆ ਪੀਤਾ ਪਲੇਟਾਂ ਵੀ ਲਪੇੜਤੀਆਂ ਲਪੇੜੀਆਂ ਕੀ ਸਾਫ ਹੀ ਕਰਤੀ ਜਮਾਂ ਕਿਉਂ ਜੋ ਮੈਂ ਸਹੀ ਗੱਲ ਆ ਨਾ ਇਹ ਸਮਝ ਸਕਦੇ ਹੋ ਤੁਸੀਂ ਸਾਫ ਕੌਣ ਕਰਦਾ ਸਾਫ ਕੌਣ ਕਰਦਾ ਹੁਣ ਦੇਖੋ ਅੱਜ ਖਾਈ ਜਾਂਦੇ ਹਾਂਜੀ ਸੋ ਗਾਈਸ ਸਬਸਕ੍ਰਾਈਬ ਕਰ ਲਓ ਸੋ ਬਸ ਬਈ ਆ ਆਪਣਾ ਬਲੌਗ ਸੀ ਅੱਜ ਵਾਲਾ ਅਤੇ ਊਂ ਤਾਂ ਆਪਾਂ ਬਾਹਲਾ ਆਪਾਂ ਫੈਮਿਲੀ ਫੁਮਲੀ ਵਾਲਾ ਵਿੱਚ ਲਿਆਉਂਦੇ ਨਹੀਂ ਹੁੰਦੇ ਹੈ ਨਾ ਵੀ ਚਲੋ ਛੱਡੋ ਦੂਰੀ ਰੱਖੀ ਦਾ ਆਪਾਂ ਆਪਦੀ ਵਿਹਲਿਆਂ ਮਾਰ ਮੁਰ ਕੇ ਟਾਈਮ ਕੱਢ ਲਈਦਾ ਪਰ ਖੈਰ ਸੁਣ ਜੇ ਚੰਗਾ ਲੱਗਿਆ ਭਾਈ ਦੱਸ ਦਿਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੱਚ ਇੱਕ ਗੱਲ ਸੁਣ ਲਓ ਮੈਂ ਮੇਰਾ ਗਾਣਾ ਆ ਰਿਹਾ ਜਲਦੀ ਉਹ ਠੀਕ ਹੈ ਪਾੜ ਪਾੜ ਸੁੱਟਣੇ ਮੂਸੇ ਵਾਲੇ ਨੇ ਗਾਣਾ ਚੱਲੇ ਚਾਹੇ ਨਾ ਭਾਵੇਂ ਨਹੀਂ ਕੱਟਿਆ ਰਗੀ ਦਾ ਬਾਜਾ ਮੈਨੂੰ ਪਤਾ ਚੱਲਣਾ ਨਹੀਂ ਸੋ ਫਿਰ ਵੀ ਕੱਢ ਰਹੇ ਹਾਂ ਵੀਰੇ ਉਹਦੀ ਵੇਟ ਕਰਿਓ ਅਤੇ ਥੋੜ੍ਹੇ ਟਾਈਮ ਤੱਕ ਛੱਡਾਂਗੇ ਉਹ ਵੀ